ਇੱਕ ਖਾਸ ਮੌਕੇ ਦੇ ਕੁਝ ਪਲ ਵੀਡੀਓ ਦੇ ਵਿੱਚ ਕੈਦ ਕਰਨ ਦੀ ਕੋਸ਼ਿਸ਼ ਹੋ ਰਹੀ ਸੀ, ਪਰ ਮੈਕਸੀਕੋ ਦੇ ਵਿੱਚ ਨੂਈਵੋ ਲਿਓਨ ਸਟੇਟ ਦੇ ਚਿਪਿਨਕੇ ਪਾਰਕ ਦੇ ਵਿੱਚ ਵਿਆਹ ਦੇ ਲਈ ਪ੍ਰਪੋਜ਼ ਕਰਨ ਵੇਲੇ ਇਹ ਰਿਚ ਉੱਥੇ ਆ ਗਿਆ। ਉਹਨਾਂ ਨੇ ਵਿਆਹ ਲਈ ਮੈਨੂੰ ਪ੍ਰਪੋਜ਼ ਕੀਤਾ। ਮੈਂ ਹਾਂ ਕਿਹਾ। ਉਹ ਮੈਨੂੰ ਮੁੰਦਰੀ ਪਵਾਉਣ ਹੀ ਵਾਲੇ ਸਨ। ਉਦੋਂ ਅਸੀਂ ਸੁਣਿਆ ਕੋਈ ਕਹਿ ਰਿਹਾ ਸੀ ਡਰਨ ਦੀ ਲੋੜ ਨਹੀਂ, ਅਤੇ ਅਸੀਂ ਵੀ ਸੋਚਿਆ ਕਿ ਭਲਾ ਡਰਨ ਦੀ ਲੋੜ ਹੈ ਕਿਉਂ ਆਖਰ। ਠੀਕ ਪਿੱਛੇ ਇੱਕ ਵੱਡਾ ਪਰਛਾਵਾਂ ਦਿਖਿਆ, ਉਹ ਰਿਚ ਸੀ। ਮੈਂ ਕਿਹਾ, ਰਿਕਾਰਡੋ ਤੁਹਾਡੇ ਪਿੱਛੇ ਇੱਕ ਵੱਡਾ ਰਿਚ ਹੈ। ਇਸ ਤੋਂ ਬਾਅਦ ਉਹ ਰਿਚ ਉੱਥੋਂ ਚਲਾ ਗਿਆ। ਮੈਨੂੰ ਲੱਗਦਾ ਇਹ ਕਾਫੀ ਦਿਲਚਸਪ ਯਾਦਗਾਰ ਹੈ। ਆਪਣੇ ਬੱਚਿਆਂ ਨੂੰ ਇਹ ਕਹਾਣੀ ਸੁਣਾਉਣ ਲਈ ਕਾਫੀ ਮਜ਼ਾ ਆਏਗਾ। ਇਹ ਹਮੇਸ਼ਾ ਯਾਦ ਰਹੇਗਾ। ਇਹ ਕਾਫੀ ਖਾਸ ਪਲ ਸੀ, ਕਿਉਂਕਿ ਉਸ ਸਮੇਂ ਉੱਥੇ ਰਿਚ ਦਾ ਹੋਣਾ ਅਜਿਹਾ ਸੀ ਜਿਵੇਂ ਕੁਦਰਤ ਵੀ ਸਾਡੇ ਖਾਸ ਪਲ ਦੀ ਗਵਾਹ ਬਣ ਰਹੀ ਹੋਵੇ।